ਗੁੱਡ ਮੋਰਨਿੰਗ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਮਾਈ ਨਿਊ ਵਲੋਗ। ਅਤੇ ਅੱਜ ਅਸੀਂ ਜਾ ਰਹੇ ਹਾਂ ਆਪਦਾ ਕੰਮ ਸਟਾਰਟ ਕਰਨ ਜੀ, ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰਾਂ ਕਰੇ ਜੀ। ਆਹ ਦੇਖੋ ਜੀ, ਹੁਣ ਅਸੀਂ ਆਲੂ ਰੱਖਦੇ ਹਾਂ ਇੱਥੇ, ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਅਤੇ ਕੰਮ ਕਾਰ ਚੰਗਾ ਚਲਾਵੇ ਜੀ। ਅੱਜ 7-8 ਮਹੀਨਿਆਂ ਬਾਅਦ ਲਾ ਰਹੇ ਹਾਂ। ਆਪਾਂ ਕਿੰਨੇ ਮਹੀਨੇ ਹੋ ਗਏ? ਹੈਂ, 10 ਮਹੀਨੇ ਨੇ? ਝੂਠ, 4 ਮਹੀਨੇ ਤੋਂ ਹੋਰ ਵਧਾ ਦਿਆ ਕਰਾਂਗਾ। 4 ਮਹੀਨੇ ਕਿਉਂ? ਹੋਰ ਕੀ, ਦਸੰਬਰ ਦੇ ਮਹੀਨੇ ਬੰਦ ਕੀਤਾ ਸੀ। ਫਿਰ ਦਸੰਬਰ ਕਿੱਥੋਂ ਆ ਗਿਆ ਜੀ? ਹਾਂ, ਪਰ ਦਸੰਬਰ ਦਾ ਮਹੀਨਾ 10 ਮਹੀਨੇ ਦਸੰਬਰ ਦੁਬਾਰੇ ਆਵੇਗਾ, ਕਿੰਨੇ ਹੋ ਜਾਣਗੇ? 12 ਮਹੀਨੇ ਹੋ ਜਾਣਗੇ ਫਿਰ। ਚਲੋ ਜੀ, ਵਾਹਿਗੁਰੂ ਜੀ। ਮੈਂ ਚੁੱਲ੍ਹਾ ਚੱਲ ਪਿਆ, ਆਲੂ ਰੱਖੇ ਗਏ, ਅਤੇ ਹੁਣ ਮੈਂ ਚੱਲਿਆ ਸਮਾਨ ਲੈਣ। ਠੀਕ ਹੈ ਜੀ, ਮੈਂ ਮਾਰਕੀਟ 'ਚੋਂ ਆਪਦਾ ਸਮਾਨ ਲਿਆਵਾਂ, ਜੋ ਵੀ ਇਹਦਾ ਵਗੈਰਾ। ਨਵਦੀਪ ਗਈ ਸਕੂਲੇ, ਨਵਦੀਪ ਗਈ ਸਕੂਲ, ਅਤੇ ਹਰਮਨ ਵੀ ਗਿਆ। ਹਰਮਨ ਸੁਸਤ ਹੈਗਾ ਸੀ, ਪਤਾ ਨਹੀਂ ਹੁਣ ਕਿਵੇਂ ਬਣੇਗਾ। ਮੈਨੂੰ ਤਾਂ ਹੀ ਲੱਗਦਾ ਕਿਤੇ ਲੈ ਕੇ ਆਉਣਾ ਪਵੇ ਫਿਰ। ਆਪਣਾ ਸਮਾਨ ਲੈਣ ਜੀ, ਵਾਹਿਗੁਰੂ ਜਾਂਦਾ ਆਪਣਾ ਸਬਜ਼ੀ ਦਾ ਸਮਾਨ। ਹਾਂਜੀ, ਆਪਾਂ ਆਪਣਾ ਸਮਾਨ ਲੈ ਲਿਆ ਜੀ, ਘਰੇ ਆ ਸਮਾਨ ਲਿਆ ਜੀ। ਮੈਂ ਆ ਗਿਆ ਜੀ ਘਰੇ, ਅਤੇ ਹੁਣ ਬੈਟਰੀ ਚਾਰਜ ਲਾਉਂਦੇ ਹਾਂ। ਬੈਟਰੀ ਡਾਊਨ ਹੋ ਰਹੀ ਹੈ, ਮੇਰੀ ਵੀ ਬੈਟਰੀ ਡਾਊਨ ਹੋ ਰਹੀ ਸੀ, ਤੇਰੀ ਵੀ ਬੈਟਰੀ ਡਾਊਨ ਹੋ ਰਹੀ ਹੈ, ਲਾ ਦੇ ਇਹਨੂੰ। ਲਓ ਜੀ, ਬੈਟਰੀ ਲੱਗ ਗਈ ਚਾਰਜ। ਹਾਂ, ਮਾਈਨਸ 'ਤੇ ਕਾਲੀ ਲਾਉਣੀ ਹੈ, ਪਲੱਸ 'ਤੇ ਲਾਲ। ਇੱਥੇ ਸ਼ੂ ਲਾ ਦੇ ਆ, ਬੈਟਰੀ ਇਹਦੇ ਵਾਲੀ ਕੱਢ ਦੇ, ਮੋਟਰ ਵਾਲੀ ਤਾਰ। ਅਤੇ ਚਲੋ, ਆਪਣੇ ਆਲੂ ਉਬਲ ਰਹੇ ਨੇ। ਠੀਕ ਹੈ ਜੀ, ਹੁਣ ਮੈਂ ਕਰਦਾ ਸਮਾਨ ਦੀ ਕਟਿੰਗ। ਮਸਾਲੇ ਆ, ਮਿਰਚ ਆ ਗਈ, ਨਮਕ ਆ ਗਿਆ, ਆਹ ਆਪਣਾ ਸਪੈਸ਼ਲ ਮਸਾਲਾ ਤਿਆਰ ਕਰਿਆ ਜਿਹੜਾ ਪੇਟੀ ਕੁਲਚੇ ਦੇ ਵਿੱਚ ਪਾਉਂਦੇ ਆ। ਇਹ ਆ ਗਈਆਂ ਹਰੀਆਂ ਮਿਰਚਾਂ ਜੀ, ਪੇਟੀ ਨਾਲ ਖਵਾਉਣੇ ਆ ਜੀ ਤਲ ਕੇ। ਬੰਦ ਗੋਭੀ ਆ ਗਈ, ਮਸਾਲੇ 'ਚ ਪੈਂਦੀ ਹੈ। ਨਿੰਬੂ ਆ ਗਏ, ਜਿਸ ਨੇ ਪੇਟੀ 'ਤੇ ਲਾਉਣਾ ਨਿੰਬੂ ਲੈ ਸਕਦਾ। ਅਤੇ ਆਪਣਾ ਟਮਾਟਰ ਅਤੇ ਖੀਰੇ ਆ ਗਏ ਬਰਗਰ ਵਾਸਤੇ, ਪਿਆਜ਼ ਬਰਗਰ ਵਾਸਤੇ। ਇਹ ਆਪਣੀਆਂ ਕੁੱਪੀਆਂ ਨੇ ਜਿਹ 'ਚ ਆਪਾਂ ਸੌਸ ਪਾਵਾਂਗੇ ਜੀ। ਠੀਕ ਹੈ ਜੀ, ਅਤੇ ਵਾਹਿਗੁਰੂ ਮੇਰਾ ਕਰੇ ਜੀ। ਅੱਜ ਚੱਲੇ ਹਾਂ, ਮਨ 'ਚ ਖੁਸ਼ੀ ਹੈ ਵੀ ਅੱਜ ਮੇਰਾ ਕੰਮ ਸਟਾਰਟ ਹੋਵੇਗਾ। ਟਮੈਟੋ ਸੌਸ ਪੇਟੀ 'ਤੇ ਪਾ ਕੇ ਖਾਣ ਵਾਸਤੇ। ਅੱਜ ਕੰਮ ਕਈ ਦਿਨਾਂ ਬਾਅਦ ਲੱਗਦਾ ਵੀ ਇਹਨਾਂ ਵੀ ਚੱਲ ਰਿਹਾ ਹੈ। ਹਾਂਜੀ, ਆਪਣੇ ਚੱਲਦੀ ਹੈ ਕਟਿੰਗ। ਮੈਂ ਕਟਿੰਗ ਨਾ ਇੰਨੀ ਤੇਜ਼ ਕਰ ਲੈਂਦਾ ਸੀ, ਟਿਕ 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 ਕਰਕੇ, ਅਤੇ ਹੁਣ 7-8 ਮਹੀਨੇ ਹੋ ਗਏ ਛੱਡੇ ਨੂੰ, ਚੱਪ ਵੀ ਨਹੀਂ ਸਮਝ ਆਉਂਦਾ ਵੀ ਕਿਹੜੇ ਪਾਸੇ ਚਲਾਣੀ ਕਰ ਲੈਂਦਾ। ਆਲੂ ਛਿਲ ਰਹੇ ਨੇ, ਆਲੂ ਛਿਲੇ ਗਏ, ਛਿਲੇ ਗਏ ਆਪਣੇ ਆਲੂ। ਆਪਣਾ ਮਸਾਲਾ ਬਣਾਉਣੇ ਆ ਪੇਟੀ ਦਾ। ਆਪਣਾ ਆਲੂਆਂ 'ਚ ਪੈ ਗਿਆ ਨਮਕ ਮਿਰਚ, ਅਤੇ ਆਹ ਆਪਣਾ ਆ ਗਿਆ ਮਸਾਲਾ, ਜਿਹਦੇ ਨਾਲ ਆਲੂ ਦਾ ਟੇਸਟ ਬਣਦਾ ਸਹੀ। ਠੀਕ ਹੈ ਜੀ, ਆਹ ਬੰਦ ਗੋਭੀ ਕੱਟੀ ਪਈ ਹੈ, ਫਿਰ ਉਸ ਤੋਂ ਬਾਅਦ ਇਹ ਪਾਵਾਂਗੇ। ਦੇ ਅੰਦਰ ਮੈਂ ਕੋਈ ਗਰਮ ਮਸਾਲਾ ਨਹੀਂ ਯੂਜ ਕਰਦਾ ਬਿਲਕੁਲ ਵੀ, ਬਸ ਨਮਕ ਮਿਰਚ ਅਤੇ ਇੱਕ ਮਸਾਲਾ ਬਣਾ ਰੱਖਿਆ ਜਿਹੜਾ ਮੈਂ, ਇਹ ਵੀ ਮਸਾਲਾ ਠੰਡਾ ਹੈ। ਲਓ ਜੀ, ਆਪਣਾ ਮਸਾਲਾ ਹੁਣ ਮਿਕਸ ਕਰ ਰਹੇ ਹਾਂ।
ਇਸਦੇ ਅੰਦਰ ਆਜੂਗੀ ਬੰਦ ਗੋਭੀ। ਲਓ ਜੀ ਬੰਦ ਗੋਭੀ ਆ ਗਈ ਅੰਦਰ, ਹੁਣ ਆਪਾਂ ਇਸ ਨੂੰ ਮਿਕਸ ਕਰਦਾ ਜੀ ਸਾਰੇ ਨੂੰ। ਲਓ ਜੀ ਸਮਾਨ ਆ ਗਿਆ ਜੀ ਆਪਣਾ, ਪੇਟੀ 'ਚ ਕੁਲਚਾ ਅਤੇ ਬਰਗਰ ਜੀ। ਹੁਣ ਆਪਾਂ ਪੇਟੀ 'ਚ ਖਾਲੀ ਹੁੰਦੇ ਨੇ ਪਾਪੜ ਹੁੰਦੇ ਨੇ, ਇਹਨਾਂ 'ਚ ਮਸਾਲਾ ਆਪਾਂ ਭਰ ਕੇ ਪੇਟੀ ਤਿਆਰ ਕਰਾਂਗੇ ਜੀ। ਇਹਦੇ ਸਮਾਨ ਲੱਦਾਂਗੇ, ਸਮਾਨ ਲੱਦ ਕੇ ਫਿਰ ਜਾਵਾਂਗੇ। ਹੈਂ ਇਹਦੇ ਵਿੱਚ ਹੀ ਹੋਣਾ ਟੂਲ ਬਾਕਸ ਹੋਲ। ਚਲੋ ਜੀ ਹੁਣ ਲੈ ਕੇ ਚੱਲਦੇ ਹਾਂ ਅੰਦਰ ਜਿਹੜੀ। ਆਪਣਾ ਸਮਾਨ ਦੀ ਹੋ ਗਈ ਤਿਆਰੀ, ਰੇਹੜੀ 'ਤੇ ਸਮਾਨ ਰੱਖੀ ਜਾਂਦੇ ਹੁਣ, ਅਤੇ ਹੁਣ ਮਨਪ੍ਰੀਤ ਰੇਹੜੀ 'ਤੇ ਸਮਾਨ ਰੱਖੇਗੀ। ਹਾਂ ਸਿਲੰਡਰ ਦੇ ਨਾਲ ਹੀ ਆ ਗਈ ਨਾ ਪੂਰੀ, ਠੀਕ ਹੈ ਬਸ। ਅਤੇ ਆਪਣੇ ਕੁਲਚੇ ਪਏ ਨੇ, ਪੇੜੀਆਂ, ਬਰਗਰ, ਚਾਊਮੀਨ ਸਮਾਨ। ਚਲੋ ਭਾਈ ਅੱਜ ਤਾਂ ਇੱਕ ਵਾਰ ਨਾ ਹੀ ਆਵੇਗਾ ਹੈ ਨਾ। ਸੈਟਿੰਗ ਜੀ, ਸੈਟਿੰਗ ਜੀ ਉਹ ਲੱਗਦੀ ਹੈ ਵੀ ਕਿਵੇਂ ਕਰਕੇ ਰੱਖਣਾ ਸਮਾਨ, ਥੋੜ੍ਹਾ ਫਰਕ ਹੈ, ਕਾਫੀ ਟਾਈਮ ਬਾਅਦ ਕਰਿਆ ਨਾ ਕੰਮ ਸਟਾਰਟ। ਅਤੇ ਇਹਨੂੰ ਥੱਲੇ ਰੱਖ ਦਿਓ, ਉੱਥੇ ਨਾਲ ਉੱਤੋਂ ਡਿੱਗਣਾ ਜੇ ਕਿਤੇ। ਸੋਸ ਚੱਲ ਯਾਰ, ਵਾਹਿਗੁਰੂ ਕੰਮ ਚਲਾਵੇ। ਅਤੇ ਵਿੱਚ ਆ ਜਾਣਗੇ ਉੱਥੇ ਸਾਈਡ 'ਤੇ। ਹੁਣ ਚੱਲ ਕੇ ਆਪਾਂ ਉੱਥੇ ਲਾਉਣੇ ਆ ਸੈਟਅਪ। ਹਾਂਜੀ ਚਲੋ ਆਏ ਚੱਲੀਏ ਕੰਮ ਦੇ ਅੱਡੇ 'ਤੇ। ਰਾਸਤੇ ਸਮਾਨ ਡਿੱਗ ਗਿਆ, ਦੁਬਾਰੇ ਫਿਰ ਸੈਟਿੰਗ ਕਰ ਲਈ ਬਈ। ਹੁਣ ਆ ਗਿਆ ਲੋਟ ਹੈ ਸੈਟ ਹੈ, ਚਲ ਟੂਲ ਬਾਕਸ ਖੋਲ ਕੇ ਰੱਖ ਦੇ। ਚਲੋ ਜੀ ਹੁਣ ਕਰਦੇ ਹਾਂ ਅੱਗੇ ਦਾ ਸਫ਼ਰ ਤੈਅ। ਆਪਾਂ ਆ ਗਏ ਆਪਦੇ ਅੱਡੇ 'ਤੇ, ਆਪਣਾ ਅੱਡਾ ਆਪਾਂ ਸੈਟਅਪ ਲਾਉਂਦੇ ਹਾਂ ਉਰੇ, ਫਿਰ ਦਿਖਾਵਾਂਗੇ ਤੁਹਾਨੂੰ। ਅੱਡੇ 'ਤੇ ਆਪਾਂ ਮੈਟ ਵਿਛਾ ਲਿਆ, ਠੀਕ ਹੈ ਜੀ। ਅਤੇ ਹੁਣ ਇੱਧਰੋਂ ਸਮਾਨ ਲਾ ਕੇ ਲਿਆਉਣਗੇ, ਫਿਰ ਆਪਾਂ ਸੈਟਅਪ ਲਾਉਂਦੇ ਹਾਂ ਜੀ ਆਪਣਾ। ਇਹਦੇ ਬਗੈਰ ਨਹੀਂ ਸਰਦਾ ਜੀ, ਇਹਦੇ ਬਗੈਰ ਨਹੀਂ ਸਰਦਾ, ਕਿਸੇ ਕੰਮ ਬਗੈਰ ਨਹੀਂ ਸਰਦਾ ਜੀ, ਕੀ ਕਰੀਏ। ਲਓ ਜੀ ਆਪਣਾ ਅੱਡਾ ਲੱਗ ਰਿਹਾ ਜੀ। ਆਪਣਾ ਸੈਟਅਪ ਲਗਭਗ ਲੱਗ ਚੁੱਕਿਆ, ਚਾਊਮੀਨ ਬਣ ਗਈ, ਹਾਂ ਤਿਆਰ ਹੋ ਜਾਂਦਾ ਬਸ, ਹੁਣ ਬਰਗਰ ਦੇ ਟਿੱਕੀਆਂ ਬਣਾਉਣੀਆਂ ਬਾਕੀ ਨੇ। ਪੇਟੀ ਜੀ ਤਿਆਰ ਹੋ ਰਹੀ ਹੈ ਜੀ, ਇਸ ਤਰ੍ਹਾਂ ਬਣਦੀ ਹੈ ਜੀ ਪੇਟੀ ਆ, ਇਹਦੇ ਵਿੱਚ ਸਮਾਨ ਭਰਿਆ ਗਿਆ ਅਤੇ ਪੇਟੀ ਜੀ ਬਣ ਗਈ ਜੀ। ਵਾਹਿਗੁਰੂ
ਆ ਜਾਓ ਜੀ ਖਾਣ। ਨਵਦੀਪ ਆ ਗਈ, ਮੈਂ ਵੈਲਕਮ ਤਾਂ ਕਰਤਾ ਸੀ, ਠੀਕ ਹੈ। ਹੈਂ ਅੱਛਾ, ਆਪਣੇ ਟਿੱਕੀਆਂ ਮਰਨੀਆਂ ਨੇ, ਦੋ ਪੇੜੀਆਂ ਤਿਆਰ ਪਈਆਂ ਨੇ, ਆ ਜਾਓ ਭਾਈ ਛੱਕ ਜਾਓ। ਨਾ ਲੱਗੀਆਂ ਸੀ ਸ਼ਾਮ ਦੇ ਹੋ ਗਏ 6:30 ਜੀ, ਆਪਣਾ ਕੰਮ ਚਾਲੂ ਹੈ ਜੀ, ਪੇੜੀਆਂ ਬਣ ਗਈਆਂ ਆਪਣੀਆਂ, ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਜੀ। ਚਲੋ ਆਹ ਲਾਸਟ ਮਾਲ ਹੈ ਜੀ, ਇਹ 4 ਪੇੜੀਆਂ ਲੱਗੇ ਨੇ, ਫਿਰ ਆਪਾਂ ਘਰੇ ਚੱਲਾਂਗੇ ਜੀ। ਹਾਂਜੀ ਸਾਡਾ ਕੰਮ ਹੋ ਗਿਆ ਸਮਾਪਤੀ, ਹੁਣ ਅਸੀਂ ਸਾਫ਼ ਸਫਾਈ ਕਰ ਰਹੇ ਹਾਂ। ਇਹ ਭਾਈ ਸਾਹਿਬ ਨੇ ਮੰਗੂ, ਮੇਰਾ ਦੋਸਤ ਇਹ ਨਾਲ ਹੀ ਰਹਿੰਦਾ ਬਾਈ, ਅਤੇ ਜਿੰਨਾ ਚਿਰ ਕੰਮ ਸੰਭਾਲ ਕੇ ਜਾਂਦਾ ਨਹੀਂ, ਚਾਹੇ ਸਾਨੂੰ ਵੱਜਣ 10 ਅਤੇ ਚਾਹੇ ਸਾਨੂੰ ਵੱਜਣ 9, ਅੱਜ ਤਾਂ ਟਾਈਮ ਨਾਲ ਹੀ ਹੋ ਗਿਆ, ਆਪਣਾ ਸਮਾਨ ਪੈਕ ਹੋ ਗਿਆ, ਬਸ ਰੇਹੜੀ 'ਚ ਰੱਖ ਕੇ ਹੁਣ ਘਰੇ ਚੱਲਾਂਗੇ ਜੀ। ਮੈਂ ਆ ਗਿਆ ਜੀ ਘਰੇ, ਅੱਜ ਦਾ ਦਿਨ ਬਹੁਤ ਵਧੀਆ ਰਿਹਾ, ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਜੀ। ਕਿੱਥੇ ਚੱਲੇ ਹੋ ਡੈਡੀ ਜੀ? ਮੈਂ ਆਇਆ ਡੈਡੀ ਦਾ ਰੋਜ਼ ਦਾ ਹੀ ਹੈਗਾ, ਦੇਖ ਲਓ ਅੱਜ ਛੇਤੀ ਆ ਕੇ ਫਿਰ ਵੀ ਜਾਣਾ, ਇਹਨਾਂ ਨੂੰ ਜਾਣਾ ਹੀ ਜਾਣਾ। 10 ਮਿੰਟ ਡੈਡੀ, 10 ਮਿੰਟ ਨਹੀਂ ਹੁੰਦਾ, ਘੰਟਾ ਦੋ ਨਾ ਘੰਟਾ। ਦੱਸੋ ਮੇਰਾ ਬਰਥਡੇ ਕਦੋਂ ਆਉਂਦਾ, ਮੇਰਾ ਬਰਥਡੇ ਕਦੋਂ ਆਉਂਦਾ, ਦੇਖ ਲਓ ਡੈਡੀ ਦੇ ਮੂੰਹ ਸਿਰਫ ਦੰਦ ਦਿਖਦੇ ਮੇਰੇ ਤੁਹਾਡੇ, ਡੈਡੀ ਨੂੰ ਦੇਖ ਹੋਰ ਕੀ ਬਸ ਜੀ। ਹੁਣ ਮੰਮੀ ਜੀ ਆਟਾ ਗੁੰਦੇ ਪਏ ਨੇ, ਅੱਜ ਬਣੀ ਹੈ ਸਪੈਸ਼ਲ ਸਬਜ਼ੀ ਥੋੜ੍ਹੀ ਜਿਹੀ, ਕਿਉਂਕਿ ਪਹਿਲੇ 6 ਜਣਿਆਂ ਤੋਂ ਪਨੀਰ ਬਣਦਾ ਪਿਆ ਸੀ ਅਤੇ ਬਣਿਆ ਅੱਜ ਆਲੂ, ਹੈ ਨਾ ਮੰਮੀ, ਸਪੈਸ਼ਲ ਹੀ ਹੋਈ ਫਿਰ ਉਹ, ਸਾਡੇ ਵਾਸਤੇ ਸਪੈਸ਼ਲ ਨਹੀਂ, ਕਿਉਂਕਿ ਸਵੇਰੇ ਵੀ ਅਸੀਂ ਆਲੂ ਲੈ ਗਏ ਸੀ, ਸਵੇਰੇ ਮੰਮੀ ਨੇ ਆਲੂ ਹੀ ਭੇਜੀ ਸਾਡੇ ਵਾਸਤੇ, ਇਹ ਉਬੜੇ ਹੋਏ ਆਲੂ ਨੇ, ਤਰੀ ਵਾਲੇ, ਹਾਂ ਤੇਰੇ ਨੂੰ ਜਮਾਂ ਨਹੀਂ ਪਸੰਦ। ਹਾਂਜੀ ਆਪਣਾ ਖਾਣਾ ਪੀਣਾ ਹੋ ਗਿਆ ਅਤੇ ਹੁਣ ਨੀਂਦ ਆ ਰਹੀ ਹੈ, ਥਕਾਵਟ ਹੋ ਗਈ ਸਰੀਰ ਨੂੰ, ਅੱਜ ਕਈ 7-8 ਮਿੰਟਾਂ ਬਾਅਦ ਕੰਮ ਲਾਇਆ, ਫਿਰ ਤੂੰ ਸਕੂਲ ਜਾਂਦੀ ਹੈ ਨਾ, ਸਕੂਲ ਫਿਰ ਹੋ ਹੀ ਜਾਂਦਾ, ਅਤੇ ਫਿਰ ਸਕੂਲ ਵਾਸਤੇ ਹੋ ਹੀ ਜਾਂਦਾ, ਤੂੰ ਆ ਕੇ ਫਿਰ ਹੋਰ ਮੈਂ ਕੀ ਕਹਾਉਣਾ, ਚੱਲ ਕੋਈ ਨਹੀਂ ਆਪਾਂ ਦਵਾਈ ਲਿਆਵਾਂਗੇ, ਠੀਕ ਹੈ। ਅਤੇ ਹੁਣ ਆਪਾਂ ਇਸ ਵਲੋਗ ਨੂੰ ਕਰਦੇ ਹਾਂ ਐਂਡ, ਜੇ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ, ਮਿਲਦੇ ਹਾਂ ਕੱਲ੍ਹ ਦੇ ਵਲੋਗ 'ਚ, ਬਾਏ।